नेचुरल विजन सेंटर पटियाला। प्यारे दर्शकों, सत श्री अकाल, आदाब, नमस्ते। अज के समय के जे कोई चाहता है तो वह तंदुरुस्त जीवन बतीत करना चाहता है, तो दूसरी जो इंसानों की डिमांड होंगी है या फिर चाहते ने कि जेकर वह बीमार ने, जेकर उन्होंने बीमारी लगी हुई है तो उन्होंने इलाज किसी वधिया थां ते होवे जिथे वह तंदुरुस्त हो सकन। पर अजे भी लोग होंगे ने जो थां थां ते जाके इलाज कराते ने पर उन्होंने इलाज सही नहीं मिल पाता। सो अज के समय के इलाज भी बहुत महंगा हो चुके है, हर एक दे जो है हाथ दे विच नहीं रहा कि वो अपना सही तरीके इलाज करवा पावे। इको एक नैचुरल विजन सेंटर पटियाला जिथे अखां दे मरीज आते ने, ते अपना सिर्फ भारत तो ही नहीं, ये भी दसना बनता है कि इत्थे देशों विदेशों तो भी वह लोग आते हैं जिन्हां दी अखां दी निगाह घटती जा रही है, ऐनक लगी हुई या जा फिर किसी हादसे दे विचों अपनी निगाह उन्होंने डैमेज हो चुकी है। सो जेकर अज के समय की गल करिए तो अज के समय के जोड़ी अजोकी नौजवान पीढ़ी है उन्हां दी अखां दी अखां दे विच प्रॉब्लम आ रही है, अखां दी निगाह घटती 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 जाती है। ये गल करांगे 8 साल की उम्र तो शुरू हो जाता है। कारण है इको एक टीवी बद टीवी देखना या फिर मोबाइल नैटफ्लिक्स का दौर है, गेमिंग का दौर है, तो अजक जी नौजवान पीढ़ी है अजोकी पीढ़ी है वह मोबाइल के गेमिंग ज़्यादा रुझेवें रही है, तो उन्हों की सुभाविक है निगाह घटती 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 घट जाती है। सो नैचुरल विजन सेंटर पटियाला की गल करांगे जिथे डॉक्टर विरक उन्होंने वालों इलाज कराने तो बाद मरीज़ आप मुहारे बोल के दसते हैं कि उन्होंने किस तरीके का फर्क आया है। अखां की गल कर रहे हैं, अखा ही मेन पार्ट होंदिया ने। सो एक मरीज आए हुए ने हरपाल चीमा का पिंड है, जो वित्त मंत्री ने उन्होंने पिंड तो एक मुंडा इत्थे आया, नौजवान मुंडा है, तो उहदे नाल गलबात करांगे ते जाणांगे कि आखिर उन्हां दी अखां दी निगाह पहलां किवें दी सी ते डॉक्टर विरक उन्हां तों इलाज कराउण तों बाद उन्हां दे विच किस तरीके का फर्क आया। सब तो पहलां उहदे नाल रूबरू कराउंदे आ जी। की नाम है अपना, कित्थों आए हो? मेरा नाम नवाब खाना, मैं धूरी लागे साडा पिंड है चीमा। ठीक है, ਅਸੀਂ ਉੱਥੋਂ ਆਏ ਹਾਂ। ਠੀਕ ਹੈ, ਠੀਕ ਹੈ। ਨਵਾਬ, ਕੀ ਕੀ ਪ੍ਰੋਬਲਮ ਸੀਗੀ ਤੈਨੂੰ, ਅਤੇ ਐਨਕ ਵੀ ਲੱਗੀ ਹੋਈ ਹੈ ਤੇਰੀ? ਛੋਟੇ ਹੁੰਦੇ ਮੈਨੂੰ ਬਹੁਤ ਆਦਤ ਸੀ ਟੀ ਵੀ ਦੇਖਣ ਦੀ। ਅੱਛਾ। ਉਹਦੇ ਕਰਕੇ ਮੇਰੀ ਅੱਖਾਂ ਦੀ ਨਿਗਾਹ ਡੈਮੇਜ ਹੋ ਗਈ ਸੀ, ਛੋਟੀ ਉਮਰ ਤੋਂ ਹੀ ਮੇਰੇ ਐਨਕ ਲੱਗ ਗਈ ਸੀ। ਅੱਛਾ। ਲਗਭਗ 5 ਨੰਬਰ ਤੋਂ ਐਨਕ ਸ਼ੁਰੂ ਹੋ ਕੇ 8 ਨੰਬਰ ਤੱਕ ਪਹੁੰਚ ਗਈ ਸੀ। ਠੀਕ ਹੈ। ਕਿੰਨੀ ਕੁ ਉਮਰ 'ਚ ਲੱਗ ਗਈ ਸੀ ਐਨਕ? ਮੇਰੇ ਤਾਂ ਲਗਭਗ 10-11-12 ਸਾਲ 'ਚ ਲੱਗ ਗਈ ਸੀ। ਯੰਗ ਏਜ 'ਚ? ਹਾਂਜੀ। ਠੀਕ ਹੈ। ਅਤੇ ਫਿਰ ਕਿਸ ਤਰੀਕੇ ਦੀਆਂ ਪ੍ਰੋਬਲਮ ਫੇਸ ਕਰਨੀਆਂ ਪਈਆਂ ਜ਼ਿੰਦਗੀ ਦੇ? ਸਿਰ ਦੁਖਦਾ ਸੀ, ਕਈ ਵਾਰ ਦਿਖਦਾ ਨਹੀਂ, ਧੁੰਦਲਾ ਦਿਖਦਾ, ਤੀਜਾ ਨਹੀਂ ਕਹਿੰਦੇ, ਕਈ ਵਾਰ ਅੱਖਾਂ ਵੀ ਦੁਖਣ ਲੱਗ ਜਾਂਦੀਆਂ ਤਾਂ। ਠੀਕ ਹੈ। ਬਹੁਤ ਜ਼ੋਰ ਪ੍ਰੈਸ਼ਰ ਪੈਂਦਾ ਤੀ ਅੱਖਾਂ 'ਚ। ਠੀਕ ਹੈ, ਠੀਕ ਹੈ। ਕਈ ਵਾਰੀ ਅਕਸਰ ਨਾ ਜਦੋਂ ਆਪਾਂ ਪੜ੍ਹਦੇ ਹੁੰਦੇ ਹਾਂ ਸਕੂਲਾਂ ਦੇ ਵਿੱਚ ਪੜ੍ਹਦੇ ਹਾਂ ਜਾਂ ਕਾਲਜਾਂ ਦੇ ਵਿੱਚ, ਵੈਸੇ ਤੁਸੀਂ ਕੀ ਪੜ੍ਹਦੇ ਹੋ? ਹਾਂਜੀ, ਮੈਂ BCOM ਸੈਕਿੰਡ ਈਅਰ, BA ਸੈਕਿੰਡ ਈਅਰ ਦਾ ਮੈਂ ਸਟੂਡੈਂਟ ਹਾਂ ਜੀ। ਠੀਕ ਹੈ। ਕਿੱਥੋਂ ਕਰ ਰਹੇ ਹੋ? ਮੈਂ ਕੋਟਲਾ ਜੀ, ਗੌਰਮੈਂਟ ਕਾਲਜ ਮਲੇਰ। ਜੀ ਨਵਾਬ, ਇੱਕ ਗੱਲ ਮੈਨੂੰ ਹੋਰ ਦੱਸਣੀ ਚਾਹੋ, ਜਦੋਂ ਆਪਾਂ ਪੜ੍ਹਦੇ ਹੁੰਦੇ ਹਾਂ ਨਾ ਅਕਸਰ ਜਿਹੜੇ ਆਪਣੇ ਨਾਲ ਦੇ ਹੁੰਦੇ ਨੇ ਸੰਗੀ ਸਾਥੀ ਹੁੰਦੇ ਜਾਂ ਕਲਾਸਮੇਟ ਹੁੰਦੇ ਨੇ ਜਾਂ ਫਿਰ ਹੋਰ ਵੀ ਹੁੰਦੇ ਨੇ, ਆਪਾਂ ਨੂੰ ਇੱਕ ਨਾਮ ਦੇ ਨਾਲ ਚੜਾਉਂਦੇ ਨੇ ਕਿ ਅਜਿਹੀ ਪ੍ਰੋਬਲਮ ਵੀ ਫੇਸ ਕਰਨੀ ਪਈ ਹੋਊਗੀ। ਬਹੁਤ ਕਈ ਵਾਰ ਕਹਿੰਦੇ ਸੀ। ਹਾਂ ਹਾਂ, ਬਿਲਕੁਲ। ਬਹੁਤ ਬੈਂਟਰੀ ਕਹਿੰਦੇ ਸੀ ਕਈ ਵਾਰ। ਹਾਂ, ਕਿੱਦਾਂ ਦਾ ਫੀਲ ਹੋਇਆ? ਬਹੁਤ ਬੁਰਾ ਫੀਲ ਹੁੰਦਾ ਸੀ, ਯਾਨੀ ਬਹੁਤ ਬੁਰਾ ਲੱਗਦਾ ਸੀ। ਠੀਕ ਹੈ। ਕੋਈ ਇੱਦਾਂ ਦਾ ਐਕਸਪੀਰੀਅੰਸ ਜੋ ਤੁਹਾਡੇ ਨਾਲ ਹੋਇਆ ਹੋਵੇ ਤੁਸੀਂ ਸ਼ੇਅਰ ਕਰੋ, ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ? ਇਹ ਤਾਂ ਹੁਣ ਦੇਖੋ ਜੀ, ਐਨਕ ਕਰਕੇ ਨਾਲ ਦੇ ਹੁਣ ਵੀ ਨਹੀਂ ਹਟਦੇ ਹੈਗੇ, ਹੁਣ ਵੀ ਅਸੀਂ ਬਿਨਾਂ ਬੈਂਟਰੀ ਤੋਂ ਕਿਸੇ ਤੋਂ ਬੋਲਦੇ ਨਹੀਂ ਹੈਗੇ। ਠੀਕ ਹੈ। ਬੁਰਾ ਬੁਰਾ ਕਹਿੰਦੇ ਨੇ, ਚਲੋ ਆਪਾਂ ਗੁੱਸਾ ਤਾਂ ਨਹੀਂ ਕਰਦੇ ਪਰ ਫਿਰ ਵੀ ਅੰਦਰੋਂ ਤਾਂ ਬੁਰਾ ਲੱਗਦਾ ਹੀ ਆ। ਹਾਂ ਹਾਂ ਹਾਂ, ਬਿਲਕੁਲ ਬਿਲਕੁਲ ਬਿਲਕੁਲ। ਸੋ ਡਾਕਟਰ ਕੋਲ, ਡਾਕਟਰ ਵਿਰਕ ਉਹਨਾਂ ਦੇ ਕੋਲੋਂ ਤੁਹਾਨੂੰ ਇਲਾਜ ਕਰਵਾਇਆ, ਕਿਵੇਂ ਪਤਾ ਲੱਗਿਆ ਡਾਕਟਰ ਸਾਹਿਬ? ਇਹ ਜੀ, ਮੇਰੇ ਦਾਦਾ ਜੀ ਨਾ ਥੋੜ੍ਹਾ ਉਹ ਦੇਖ ਰਹੇ ਸੀ, ਯਾਨੀ ਕਿ ਯੂਟਿਊਬ ਚਲਾ ਰਹੇ ਸੀ ਨਾ, ਉੱਥੇ ਉਹਨਾਂ ਇਹਨਾਂ ਡਾਕਟਰ ਸਾਹਿਬ ਦੀ ਵੀਡੀਓ ਆਈ, ਉਹਨਾਂ ਨੇ ਦੇਖਿਆ। ਠੀਕ ਹੈ। ਅਤੇ ਮੈਨੂੰ ਦੱਸਿਆ ਵੀ ਐਂ ਕਰਕੇ ਗੱਲਾਂ। ਠੀਕ ਹੈ, ਠੀਕ ਹੈ। ਅਤੇ ਕਿਹਾ ਵੀ ਆਪਾਂ ਚੱਲੀਏ, ਅਸੀਂ ਤਿਆਰ ਹੋਏ, ਇੱਥੇ ਪਹੁੰਚੇ ਅਸੀਂ ਵੀਡੀਓ ਦੇਖ ਕੇ। ਠੀਕ ਹੈ। ਅਤੇ ਅਸੀਂ ਦਵਾਈ ਖਾਧੀ। ਠੀਕ ਹੈ। ਨਵਾਬ, ਹੁਣ ਕਿਵੇਂ ਦਾ ਫੀਲ ਕਰਦੇ ਹੋ? ਪਹਿਲਾਂ ਤਾਂ ਨਾਲੋਂ ਅਤੇ ਹੁਣ ਦੇ ਵਿੱਚ ਜ਼ਿੰਦਗੀ ਦੇ ਵਿੱਚ ਕਿੰਨਾ ਕੁ ਫਰਕ ਆ ਚੁੱਕਿਆ ਡਾਕਟਰ ਵਿਰਕ ਉਹਨਾਂ ਤੋਂ ਇਲਾਜ ਕਰਾਉਣ ਤੋਂ ਬਾਅਦ? ਇਲਾਜ ਕਰਾਉਣ ਤੋਂ ਬਾਅਦ ਹੀ ਮੇਰੇ ਪਹਿਲਾਂ ਦੇਖੋ ਜੀ, ਮੈਨੂੰ ਦੱਸਿਆ ਜਿਵੇਂ ਹੁਣ ਦੱਸਿਆ ਵੀ 5 ਨੰਬਰ ਤੋਂ 8 ਨੰਬਰ ਤੱਕ ਆ ਗਈ ਸੀ। ਹਾਂ ਹਾਂ। ਹੁਣ ਲਗਭਗ ਮੇਰੇ 4-4.5 ਨੰਬਰ ਦੀ ਐਂਡ ਕਰੇਗੀ ਆ। ਠੀਕ ਹੈ। ਠੀਕ ਹੈ, ਠੀਕ। 3.5 ਨੰਬਰ ਤੱਕ ਬਹੁਤ ਘੱਟ। ਠੀਕ ਹੈ, ਠੀਕ ਹੈ। ਥੈਂਕ ਯੂ। ਠੀਕ ਹੈ। ਸੋ ਸਰੋਤੇ, ਆਪਾਂ ਡਾਕਟਰ ਸਾਹਿਬ ਨਾਲ ਗੱਲ ਕਰਦੇ ਹਾਂ, ਡਾਕਟਰ ਵਿਰਕ ਜੀ ਵੀ ਇੱਥੇ ਮੌਜੂਦ ਨੇ, ਅਸੀਂ ਸਵਾਗਤ ਕਰਦੇ ਹਾਂ। ਸਭ ਤੋਂ ਪਹਿਲਾਂ ਡਾਕਟਰ ਵਿਰਕ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਸਾਰੇ ਸਰੋਤਿਆਂ ਦੇ। ਹਾਂਜੀ, ਡਾਕਟਰ ਸਾਹਿਬ ਮੁੰਡਾ ਹੈ ਜੀ, ਬੜੀ ਯੰਗ ਏਜ ਦਾ ਮੁੰਡਾ ਹੈ, ਅਤੇ 18-19 ਸਾਲ ਦੀ ਮੈਜ਼ ਉਮਰ ਹੈ, ਅਤੇ ਇਸ ਉਮਰ ਦੇ ਵਿੱਚ ਇੰਨੀ ਵੱਡਾ ਨੰਬਰ ਇਹਦੇ ਐਨਕ ਦਾ ਲੱਗਿਆ ਹੋਇਆ, ਨਿਗਾਹ ਘਟਦੀ ਘਟਦੀ 8 ਸਾਲ ਦੀ ਉਮਰ ਤੋਂ ਕਹਿ ਰਿਹਾ ਇਹ ਨਿਗਾਹ ਘਟਦੀ 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 ਰਹੀ, ਅਤੇ ਕਿਸ ਤਰੀਕੇ ਦੀ ਪ੍ਰੋਬਲਮ ਸੀਗੀ ਇਹਨੂੰ? ਇਹਨਾਂ ਨੂੰ ਸ਼ੁਰੂ 'ਤੇ ਦੱਸ ਰਹੇ ਸੀ ਵੀ ਟੀ ਵੀ ਜ਼ਿਆਦਾ ਦੇਖਦੇ ਹੁੰਦੇ ਸੀ, ਇਹਨੂੰ ਪਹਿਲਾਂ
ढाई तीन नंबर लगे उस तो बाद चार पाँच हूँ यदा वध के अठ नंबर हो चुका जी, 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 जी। ते हूँ आप चैकअप करने तो बाद इलाज शुरू किया अज इन साढ़े चार नंबर रह गया भी जाने कि साढ़े तीन नंबर इन्हों का उतर गया जो उपर सी ठीक है ते इस गल की सानू बहुत खुशी है ते वाहिगुरू ने कृपा करी ये नाले है भी अपने नवाब खान जी ने नवाब खान अगे ठीक होया परमात्मा का बहुत बहुत धन्यवाद है। डॉक्टर साहब एक सवाल होर असं थोड़े तो जानना चाहेंगे इन्हों का मुंडे का जो नवाब खान ने इन्हों का कितनी देर होर इलाज चलूगा जी ये जरा जी साढ़े तीन नंबर इन्हों का कटिया सिर्फ वन मंथ के ठीक है जी ठीक है जी ठीक है ये अपने सामने बैठे एक महीने के नंबर कट के अठ तो साढ़े चार आ गया हाँ जी तो मैं उम्मीद करता कि बहुत जल्दी बिल्कुल ठीक हो जाऊँ ठीक ठीक बिल्कुल सो स्रोते तुसी सुने नवाब खान नाम भी जबरदस्त है नवाबा वर्गी जिंदगी होने मुंडा जीऊगा क्योंकि डॉक्टर विरक उन्होंने वालों इन्हों का इलाज किया गया तो इन की जो निगाह आ पहला इन्हों की निगाह सी घट सी तो हूँ डॉक्टर साहब हूँ आने तो बाद इन की जो अखा का जो ऐनक लगी हुई है अखा के उत्ते नंबर भी है जो घटिया तो निगाह आ वह बद चुकी है तो हूँ गल करांगे मुद्दे की गल ये है कि जेकर थोड़ी निगाह घट है थोड़े हादसों के विच निगाह गवा चुके हो या फिर ऐनक लगी हुई है तो तुसी अपॉइंटमेंट जरूर लो डॉक्टर विरक उन्होंने तो अपॉइंटमेंट ली जा सकती है शाम 6 बजे तो लैके रात 8 बजे तक इन्हों कॉन्टैक्ट करो तो अपॉइंटमेंट लैके इन्हों को विजिट करो जेकर अखा की निगाह घट है ऐनक लगी हुई है या फिर हादसे के अखा की निगाह गुआ चुके हो सो एक नवे एपीसोड के नाल जल्द होवांगे हाजिर मैनू दिओ इजाजत सत श्री अकाल इफ यू लाइक दिस वीडियो सबसक्राइब द चैनल लाइक एंड शेयर दिस वीडियो